ਸਤਿ ਸ਼੍ਰੀ ਅਕਾਲ ਜੀ ਅੱਜ ਬ੍ਰੇਨ ਸਪਾਈਨ ਐਂਡ ਜੁਆਇੰਟ ਕਲੀਨਿਕ ਤੋਂ ਅਸੀਂ ਇੱਕ ਇਨਫੋਰਮੇਸ਼ਨ ਵੀਡੀਓ ਲੈ ਕੇ ਆਏ ਹਾਂ ਫਿਰ ਤੋਂ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਹੈ ਔਰ ਐਕਸਰਸਾਈਜ਼ ਨਹੀਂ ਪਤਾ ਜਾਂ ਐਕਸਰਸਾਈਜ਼ ਸਾਨੂੰ ਦੱਸੀਆਂ ਗਈਆਂ ਨੇ ਬਟ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਕਰਨੀਆਂ ਨੇ ਕਨਫਿਊਜ਼ਨ ਹੈ ਜਾਂ ਫਿਰ ਐਕਸਰਸਾਈਜ਼ ਅਸਰ ਨਹੀਂ ਕਰ ਰਹੀਆਂ ਕਿਉਂਕਿ ਕਿਸੇ ਅੱਛੇ ਫਿਜ਼ੀਓਥੈਰੇਪਿਸਟ ਤੋਂ ਤੁਹਾਨੂੰ ਐਕਸਰਸਾਈਜ਼ ਬਾਰੇ ਇਨਫੋਰਮੇਸ਼ਨ ਨਹੀਂ ਮਿਲੀ ਤੁਸੀਂ ਪੋਸਟ ਥੈਰੇਪੀ ਆਪਣਾ ਜਾਂ ਪੋਸਟ ਫਿਜ਼ੀਓਥੈਰੇਪੀ ਸੈਸ਼ਨਸ ਐਕਸਰਸਾਈਜ਼ ਕੰਟੀਨਿਊ ਨਹੀਂ ਕੀਤੀਆਂ ਅਤੇ ਹੁਣ ਉਹ ਯਾਦ ਨਹੀਂ ਰਹੀਆਂ ਐਕਸਰਸਾਈਜ਼ ਜਾਂ ਅਸੀਂ ਅੱਛੇ ਫਿਜ਼ੀਓਥੈਰੇਪਿਸਟ ਕੋਲ ਗਏ ਹੀ ਨਹੀਂ ਅਸੀਂ ਆਪਣੇ ਆਲੇ ਦੁਆਲੇ ਕਿਸੇ ਨੂੰ ਗੋਡਿਆਂ 'ਚ ਦਰਦ ਸੀ ਉਸ ਕੋਲ ਕੋਈ ਚਾਰਟ ਪਿਆ ਸੀਗਾ ਐਕਸਰਸਾਈਜ਼ ਦਾ ਅਸੀਂ ਉਹ ਕਰ ਲਿਆ ਬਟ ਕੋਈ ਆਰਾਮ ਨਹੀਂ ਆ ਰਿਹਾ ਸਗੋਂ ਮੇਰੇ ਦਰਦ ਹੋਰ ਵੱਧ ਗਏ ਜੇ ਤੁਹਾਡੀ ਇੱਦਾਂ ਦੀ ਕੁਝ ਸਿਚੁਏਸ਼ਨ ਹੈ ਜਾਂ ਫਿਰ ਤੁਸੀਂ ਇਸ ਕੈਟਾਗਰੀ ਤੋਂ ਦੂਜੀ ਕੈਟਾਗਰੀ ਦੇ ਵਿੱਚ ਆਉਂਦੇ ਹੋ ਜਿੱਥੇ ਤੁਹਾਨੂੰ ਐਕਸਰੇ ਤੁਸੀਂ ਐਕਸਰੇ ਕਰਵਾਇਆ ਪਰ ਹਜੇ ਡਾਕਟਰ ਕੋਲ ਗਏ ਅਤੇ ਉਹਨਾਂ ਨੇ ਸਿਰਫ ਦਵਾਈਆਂ ਬਾਰੇ ਦੱਸਿਆ ਜਾਂ ਥਰਡ ਕੈਟੇਗਰੀ ਨੀ ਰਿਪਲੇਸਮੈਂਟ ਕਰਾ ਚੁੱਕੇ ਹੋ ਗੋਡੇ ਬਦਲਵਾ ਚੁੱਕੇ ਹੋ ਪਰ ਐਕਸਰਸਾਈਜ਼ ਬਾਰੇ ਹਜੇ ਇਨਫੋਰਮੇਸ਼ਨ ਨਹੀਂ ਹੈ ਹਜੇ ਵੀ ਪੇਨ ਹੋ ਜਾਂਦਾ ਹੈ ਹਜੇ ਵੀ ਮਸਲ ਟਾਈਟ ਹੈ ਮਸਲ ਦੇ ਵਿੱਚ ਗੱਠਾਂ ਬਣ ਰਹੀਆਂ ਨੇ ਹਜੇ ਤੁਰਨਾ ਸੌਖਾ ਨਹੀਂ ਹੈ ਤਾਂ ਉਹ ਸਾਰੀਆਂ ਐਕਸਰਸਾਈਜ਼ ਔਰ ਇਹ ਸਾਰੀ ਸਿਚੁਏਸ਼ਨਸ ਜਿਹੜੀਆਂ ਹੈਗੀਆਂ ਨੇ ਉਹਨੂੰ ਆਨਸਰ ਕਰਨ ਲਈ ਇਹ ਬੁੱਕ ਤਿਆਰ ਕੀਤੀ ਗਈ ਜਿਹਦੇ ਵਿੱਚ ਤੁਹਾਡੇ ਗੋਡੇ ਲਈ ਪ੍ਰੋਗਰਾਮ ਹੈਗਾ ਹੈ ਗੋਡੇ ਲਈ ਪ੍ਰੋਗਰਾਮ ਮਤਲਬ ਗੋਡੇ ਦੀ ਵਰਜਿਸ਼ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਦੋਂ ਹੋਣੀ ਚਾਹੀਦੀ ਹੈ ਕਿਹੜੀ ਐਕਸਰਸਾਈਜ਼ ਕਿਸ ਟਾਈਮ ਕਰਨੀ ਹੈ ਕਦੋਂ ਮੇਰਾ ਪੇਨ ਦਾ ਸਕੋਰ ਇਸ ਤਰ੍ਹਾਂ ਹੈਗਾ ਹੈ ਕਿ ਮੈਂ ਐਕਸਰਸਾਈਜ਼ ਮਾਈਲਡ ਸਟਰੈਂਥ ਵਾਲੀ ਕਰਾਂ ਜਾਂ ਮੋਡਰੇਟ ਸਟਰੈਂਥ ਵਾਲੀ ਕਰਾਂ ਜਾਂ ਹੁਣ ਮੈਂ ਪ੍ਰਿਪੇਅਰਡ ਹਾਂ ਕਿ ਮੈਂ ਐਡਵਾਂਸ ਸਟਰੈਂਥ ਵਾਲੀ ਐਕਸਰਸਾਈਜ਼ ਕਰ ਸਕਦੀ ਹਾਂ ਜਾਂ ਕਰ ਸਕਦਾ ਹਾਂ ਉਹਨਾਂ ਐਕਸਰਸਾਈਜ਼ ਦੇ ਵਿੱਚ ਕੀ ਯੂਜ਼ ਹੁੰਦਾ ਨੇ ਗੋਡੇ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਨੇ ਜੋ ਸਾਨੂੰ ਦਿੱਕਤ ਦਿੰਦੀਆਂ ਨੇ ਸਾਡੀ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸੋ ਡਾਈਟ ਟਿਪਸ ਹੈਗੇ ਨੇ ਕਿਹੜੀਆਂ ਐਸੀਆਂ ਐਕਟੀਵਿਟੀਜ਼ ਹੈ ਜਿਹੜੀ ਅਸੀਂ ਕਦੀ ਨਾ ਕਰੀਏ ਗੋਡੇ ਲਈ ਔਰ ਉਹਨੂੰ ਬਚਾ ਕੇ ਰੱਖੀਏ ਬੇਸਿਕ ਸਟੇਜ ਪ੍ਰੋਟੋਕੋਲ ਆ ਗਿਆ ਤੁਹਾਨੂੰ ਇਸ ਬੁੱਕ ਦੇ ਵਿੱਚ ਸਟੇਜ ਵਾਈਜ਼ ਬੇਸਿਕ ਮਿਡਲ ਸਟੇਜ ਜਾਂ ਇੰਟਰਮੀਡੀਏਟ ਸਟੇਜ ਅਤੇ ਐਡਵਾਂਸ ਸਟੇਜ ਦੀ ਐਕਸਰਸਾਈਜ਼ ਮਿਲਣਗੀਆਂ ਇਹ ਬਹੁਤ ਕਾਮਨ ਐਕਸਰਸਾਈਜ਼ ਹੈ ਗੋਡੇ ਦੀ ਬਟ ਇਹ ਕਦੋਂ ਕਰਨੀ ਹੈ ਇਹਨਾਂ ਇਹਦੀ ਜਾਣਕਾਰੀ ਕਾਮਨ ਨਹੀਂ ਹੈ ਕੁਝ ਹੋਰ ਐਕਸਰਸਾਈਜ਼ ਹੈਗੀਆਂ ਨੇ ਜਿਹੜੀਆਂ ਕਿ ਬਹੁਤ ਕਾਮਨ ਨੇ ਬਟ ਸਾਨੂੰ ਇਹ ਨਹੀਂ ਪਤਾ ਉਹ ਕਰਨੀਆਂ ਕਦੋਂ ਨੇ ਜਿਸ ਤਰ੍ਹਾਂ ਕਿ ਬੋਲ ਆਪਣੇ ਗੋਡੇ ਦੇ ਨੀਚੇ ਰੱਖ ਕੇ ਪ੍ਰੈਸ ਕਰਨਾ ਉਹ ਐਕਸਰਸਾਈਜ਼ ਹੈਗੀਆਂ ਨੇ ਜਿਹੜੀਆਂ ਅਸੀਂ ਕਦੀ ਵੀ ਸ਼ੁਰੂ ਕਰ ਲੈਂਦੇ ਹਾਂ ਇੱਥੇ ਗੋਡੇ ਦੇ ਥੱਲੇ ਬੋਲ ਨਾ ਹੋ ਕੇ ਤੁਹਾਡੇ ਅੱਡੀ ਦੇ ਥੱਲੇ ਬੋਲ ਹੈ ਐਕਸਰਸਾਈਜ਼ ਕਦੋਂ ਕਰਨੀ ਹੈ ਕਿੰਨੀ ਦੇਰ ਲਈ ਕਰਨੀ ਹੈ ਉਹ ਐਕਸਰਸਾਈਜ਼ ਇੱਥੇ ਡਿਟੇਲ ਵਾਈਜ਼ ਮੈਂਸ਼ਨ ਹੈਗੀ ਹੈ ਹੋਰ ਚੀਜ਼ ਜਿਹੜੀਆਂ ਇਹਦੇ ਵਿੱਚ ਹੈਗੀਆਂ ਕਿ ਕਿਆ ਤੁਸੀਂ ਸਾਈਕਲਿੰਗ ਕਰ ਸਕਦੇ ਹੋ ਕਿਆ ਤੁਸੀਂ ਵਾਕ ਕਰ ਸਕਦੇ ਹੋ ਕਿਆ ਤੁਸੀਂ ਸਵਿਮ ਕਰ ਸਕਦੇ ਹੋ ਕਿਆ ਤੁਸੀਂ ਇਸ ਤਰ੍ਹਾਂ ਚੌਂਕੜੀ ਮਾਰ ਕੇ ਬਹਿ ਸਕਦੇ ਹੋ ਗੋਡਿਆਂ ਦੀ ਦਰਦ ਦੇ ਵਿੱਚ ਤੁਸੀਂ ਆਪਣੇ ਮਸਲ ਨੂੰ ਖੁਦ ਵਿਦਆਊਟ ਕਿਸੇ ਦੀ ਹੈਲਪ ਤੋਂ ਸਟ੍ਰੈਚ ਕਰ ਸਕਦੇ ਹੋ ਅਤੇ ਕਿਸ ਤਰ੍ਹਾਂ ਕਰ ਸਕਦੇ ਹੋ ਉਹ ਸਭ ਕੁਝ ਇਸ ਬੁੱਕ ਦੇ ਵਿੱਚ ਪ੍ਰੈਜੈਂਟ ਹੈ ਨਾਲ ਦੇ ਨਾਲ ਜਿਹੜਾ ਗੋਡਿਆਂ ਦੀ ਦਰਦ ਕਰਕੇ ਸਾਡੀ ਬੋਡੀ ਦਾ ਬੈਲੈਂਸ ਖਰਾਬ ਹੋਇਆ ਹੁੰਦਾ ਹੈ ਚਾਹੇ ਅਸੀਂ ਬਜ਼ੁਰਗ ਹੈਗੇ ਹਾਂ ਜਾਂ ਨਹੀਂ ਹੈਗੇ ਹਾਂ ਅਸੀਂ 50 ਪਲੱਸ ਹਾਂ ਜਾਂ 50 ਤੋਂ ਬਿਲੋਂ ਹਾਂ ਪਰ ਬੈਲੈਂਸ ਜੇ ਡਿਸਟਰਬ ਹੋਇਆ ਤਾਂ ਉਹਨੂੰ ਦੁਬਾਰਾ ਤੋਂ ਨੋਰਮਲਾਈਜ਼ ਜਾਂ ਰੀਗੇਨ ਕਰਨ ਲਈ ਸਾਨੂੰ ਕੀ ਕਰਨਾ ਹੈ ਉਹ ਵੀ ਇਸ ਬੁੱਕ ਦੇ ਵਿੱਚ ਪ੍ਰੈਜੈਂਟ ਹੈ ਇਹ ਬੁੱਕ ਤੁਹਾਨੂੰ ਐਮਾਜ਼ਨ ਅਤੇ ਫਲਿੱਪਕਾਰਟ ਦੋ ਔਨਲਾਈਨ ਪੋਰਟਲਸ ਤੋਂ ਮਿਲੇਗੀ ਜਾਂ ਫਿਰ ਸਾਡੇ ਕਲੀਨਿਕ ਤੋਂ ਤੁਸੀਂ ਇਹ ਬਾਏ ਕਰ ਸਕਦੇ ਹੋ ਇਹ ਬੁੱਕ ਵਾਲਾ ਵਰਜ਼ਨ ਹੈ ਇਹ ਸਾਰਾ ਡਿਟੇਲਡ ਵਰਜ਼ਨ ਵਿਦ ਪ੍ਰੈਜੈਂਟੇਸ਼ਨ ਕਿ ਕਿਵੇਂ ਕਰ ਰਹੇ ਹਾਂ ਅਤੇ ਕਿਸ ਤਰ੍ਹਾਂ ਕਰਨਾ ਹੈ ਤੁਹਾਨੂੰ ਵੀਡੀਓ ਫਾਰਮੈਟ 'ਚ ਵੀ ਅਵੇਲੇਬਲ ਹੈ ਉਹ ਸਾਡੀ ਵੈਬਸਾਈਟ ਤੋਂ ਮਿਲੇਗਾ ਬੁੱਕ ਫਾਰਮ ਤੁਹਾਨੂੰ ਸਾਡੇ ਕਲੀਨਿਕ ਤੋਂ ਮਿਲੇਗੀ ਐਮਾਜ਼ਨ ਤੋਂ ਮਿਲੇਗੀ ਜਾਂ ਫਲਿੱਪਕਾਰਟ ਤੋਂ ਮਿਲੇਗੀ ਜਿਹੜੇ ਆ ਵੀਡੀਓ ਫਾਰਮ ਹੈ ਉਹ ਤੁਹਾਨੂੰ ਸਾਡੀ ਵੈਬਸਾਈਟ ਤੋਂ ਮਿਲੇਗੀ ਜਿਹੜੀ ਕਿ ਹੈਗੀ ਹੈ www.drparneetkaur.com ਇਹਦੇ ਵਿੱਚ ਜਦੋਂ ਮੈਂ ਵੀਡੀਓ ਪੋਸਟ ਕਰਾਂਗੀ ਨਾਲ ਮੈਂ ਵੈਬਸਾਈਟ ਦਾ ਲਿੰਕ ਮੈਂਸ਼ਨ ਕਰਾਂਗੀ ਜਾਂ ਫਿਰ ਤੁਸੀਂ ਮੇਰੇ ਇੰਸਟਾਗ੍ਰਾਮ ਪੇਜ 'ਤੇ ਬਾਇਓ ਦੇ ਵਿੱਚ ਜਿਹੜਾ ਲਿੰਕ ਹੁੰਦਾ ਹੈ ਉੱਥੋਂ ਮੇਰੀ ਵੈਬਸਾਈਟ 'ਤੇ ਪਹੁੰਚ ਸਕਦੇ ਹੋ ਉੱਥੋਂ ਤੁਸੀਂ ਡਿਮਾਂਡ ਕਰ ਸਕਦੇ ਹੋ ਕਿ ਤੁਸੀਂ ਇਹ ਵੀਡੀਓ ਫਾਰਮੈਟ ਜਿਹੜਾ ਹੈਗਾ ਪ੍ਰੋਗਰਾਮ ਦਾ ਉਹ ਤੁਸੀਂ ਪਰਚੇਜ਼ ਕਰਨਾ ਵੀਡੀਓ ਫਾਰਮੈਟ ਨਾਲ ਹੋਰ ਕੀ ਆਸਾਨੀ ਹੈ ਕਿ ਤੁਹਾਡੇ ਸਾਹਮਣੇ ਉਹ ਐਕਸਰਸਾਈਜ਼ ਹੋ ਰਹੀ ਹੈ ਤੁਸੀਂ ਨਾਲ ਦੇ ਨਾਲ ਉਹ ਐਕਸਰਸਾਈਜ਼ ਪਰਫਾਰਮ ਕਰ ਰਹੇ ਹੋ ਜਾਂ ਨਾਲ ਦੇ ਨਾਲ ਸਿੱਖ ਪਾ ਰਹੇ ਹੋ ਐਂਡ ਉਹ ਵੀਡੀਓ ਫਾਰਮੈਟ ਤੁਸੀਂ ਮਲਟੀਪਲ ਟਾਈਮਸ ਪਲੇ ਕਰਕੇ ਪੌਜ਼ ਕਰਕੇ ਪਲੇ ਕਰਕੇ ਤੁਸੀਂ ਸਿੱਖ ਸਕਦੇ ਹੋ ਸੋ ਬੁੱਕ ਕਿਹਦੇ ਲਈ ਹੈ ਪੇਸ਼ੈਂਟਸ ਲਈ
जिन्हां नू नी पेन है, जिन्हां ने नी दी सर्जरी करा ली, जो नी दी सर्जरी नहीं कराना चाहते, जिन्हां नू हजे भी तकलीफ हो रही है गोड्डिया के दर्द तो बाद, या वो फिजियोथेरेपी लै चुके ने बट उन्हां कोल कोई प्रॉपर एक्सरसाइज नहीं हैगी, या एक्सरसाइज है पर वो अच्छी तरह उन्हां नू हेल्प नहीं कर रही। ऑल्सो जिहड़े फिजियोथेरेपिस्ट गोड्डिया के दर्द वाले पेशेंट्स नू या नी रिप्लेसमेंट वाले पेशेंट्स नू देखते ने, उन्हां दा इलाज करते ने, उन्हां लई भी ये बुक बहुत ज़्यादा हेल्पफुल होएगी। सो जरूर बाय करना और सानू इहदा फीडबैक दसना। थैंक यू जी।